ਪਰਮ ਸਤਿਕਾਰਯੋਗ ਘੱਟ ਕਰੇ ਸਲਾਈ ਗੁਰੂ ਪਿਆਰੇ ਖਾਲਸਾ ਜੀ, ਜਿਤਨੇ ਵੀ ਗੁਰਮੁਖ ਪਿਆਰੇ ਮਾਈ ਭਾਈ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਸੱਜ ਕੇ ਬੈਠੇ ਹੋ, ਮੈਂ ਬੇਨਤੀ ਕਰਾਂਗਾ ਕਿ ਗੁਰੂ ਦਰਬਾਰ ਵਿੱਚ ਸੱਜ ਕੇ ਬੈਠੀਆਂ ਮੇਰੀਆਂ ਸਤਿਕਾਰਯੋਗ ਵੱਡੀਆਂ ਅਤੇ ਛੋਟੀਆਂ ਭੈਣਾਂ ਸਾਰੇ ਵੀਰ, ਗੁਰੂ ਕਾ ਖਾਲਸਾ ਗੁਰੂ ਸਵਾਰੀ ਸਤਸੰਗ ਜੀ, ਇੱਕ ਵਾਰ ਕਹਿਣ 'ਤੇ ਸਾਰੇ ਗੁਰਮੁਖ ਪਿਆਰੇ ਆਪਣੀ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਗੱਜ ਵੱਜ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀਆਂ ਵਾਲੇ ਪਾਸੋਂ ਥੋੜ੍ਹੇ ਜਿਹੇ ਸ਼ੋਰ ਸ਼ਰਾਬੇ ਦੀ ਆਵਾਜ਼ ਆ ਰਹੀ ਹੈ, ਕਿਰਪਾ ਕਰਕੇ ਬੇਨਤੀ ਹੈ ਆਪ ਵੀ ਆਪਣੇ ਬੱਚਿਆਂ ਨੂੰ ਵੀ ਚੁੱਪ ਕਰਕੇ ਬਿਠਾਓ। ਜੇ ਕਿਸੇ ਭੈਣ ਨੇ ਉੱਠ ਕੇ ਜਾਣਾ ਹੈ, ਬਹੁਤ ਜਲਦੀ ਹੈ, ਕੋਈ ਜ਼ਰੂਰੀ ਕੰਮ ਹੈ ਤਾਂ ਉਹ ਜਾ ਸਕਦਾ ਹੈ, ਪਰ ਸ਼ੋਰ ਸ਼ਰਾਬਾ ਨਾ ਪਾਇਓ। ਇੱਕ ਵਾਰ ਸਾਰੀ ਸੰਗਤ ਕਹਿ ਦਿਓ, ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅਪਰ ਅਪਾਰ ਕਿਰਪਾ ਦੁਆਰਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਸਾਹਿਬ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਠਾਕਰ ਸਿੰਘ ਜੀ ਦਮਦਮੀ ਟਕਸਾਲ ਦੇ 15ਵੇਂ ਮੁਖੀ, ਉਹਨਾਂ ਦੀ ਪਾਵਨ ਪਵਿੱਤਰ ਯਾਦ ਵਿੱਚ ਅੱਜ ਦਾ ਮਹਾਨ ਇਹ ਸਮਾਗਮ ਹੋ ਰਿਹਾ ਹੈ। ਇਸ ਸਮਾਗਮ ਦੇ ਮੁੱਖ ਸੇਵਾਦਾਰ ਨੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਅਤੇ ਦਮਦਮੀ ਟਕਸਾਲ ਦੇ ਸਾਰੇ ਵਿਦਿਆਰਥੀ ਜਥੇ ਦੇ ਸਾਰੇ ਸਿੰਘਾਂ ਵੱਲੋਂ ਰਲ ਮਿਲ ਕੇ ਬਾਬਾ ਜੀ ਦੀ ਯਾਦ ਨੂੰ ਤਰੋ ਤਾਜ਼ਾ ਕਰਨ ਵਾਸਤੇ ਇਹ ਸਾਲਾਨਾ ਸਮਾਗਮ ਹੋ ਰਿਹਾ ਹੈ। ਇਸ ਸਮਾਗਮ ਵਿੱਚ ਨਜ਼ਦੀਕ ਨੇੜਿਓਂ ਅਤੇ ਦੂਰ ਦਰਾਜ ਤੋਂ ਪੰਥ ਦੀਆਂ ਮਹਾਨ ਸ਼ਖਸੀਅਤਾਂ, ਪੰਥ ਨਾਲ ਦਰਦ ਰੱਖਣ ਵਾਲੀਆਂ ਰੂਹਾਂ ਤਸ਼ਰੀਫ ਲੈ ਕੇ ਇੱਥੇ ਪਹੁੰਚੀਆਂ ਨੇ। ਜਿੰਨੇ ਵੀ ਗੁਰਮੁਖ ਪਿਆਰੇ, ਚਾਹੇ ਤੁਸੀਂ ਗੁਰੂ ਦਰਬਾਰ ਵਿੱਚ ਬੈਠੇ ਹੋ, ਚਾਹੇ ਤੁਸੀਂ ਗੁਰੂ ਕੇ ਲੰਗਰ ਹਾਲ ਵਿੱਚ ਬੈਠੇ ਹੋ, ਭਾਵੇਂ ਤੁਸੀਂ ਕਿਸੇ ਕਮਰੇ ਵਿੱਚ ਬੈਠੇ ਹੋ, ਮੈਂ ਤੁਹਾਨੂੰ ਸਾਰਿਆਂ ਨੂੰ ਦਮਦਮੀ ਟਕਸਾਲ ਦੇ ਮੁਖੀ ਬਾਬਾ ਜੀ ਵੱਲੋਂ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿ ਜੀਓ ਆਇਆ ਆਖਦਾ ਹਾਂ। ਭਾਗਾਂ ਵਾਲਿਓ, ਆਪਣੇ ਘਰਾਂ ਤੋਂ ਜਿਤਨੇ ਕਦਮ ਧਰ ਕੇ ਤੁਸੀਂ ਅੱਜ ਮਹਿਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਪਹੁੰਚੇ ਹੋ, ਸੰਤ ਬਾਬਾ ਠਾਕਰ ਸਿੰਘ ਮਹਾਰਾਜ ਦੀ ਬਰਸੀ ਮਨਾਉਣ ਵਾਸਤੇ ਤੁਹਾਡੇ ਇੱਕ ਇੱਕ ਕਦਮ ਦਾ ਦੇਣਦਾਰ ਹੈ ਟਕਸਾਲ ਦੇ ਸਾਰੇ ਸਿੰਘ। ਬਾਬਾ ਹਰਨਾਮ ਸਿੰਘ ਜੀ ਕਹਿੰਦੇ ਨੇ, ਸਾਡੇ ਕੋਲ ਉਹ ਸ਼ਬਦ ਨਹੀਂ, ਉਹ ਇਤਨੀ ਜ਼ਿਆਦਾ ਸਰਦੀ ਹੋਣ ਦੇ ਬਾਵਜੂਦ ਵੀ ਧੁੰਦਾਂ ਪੈ ਰਹੀਆਂ ਨੇ, ਅਤੇ ਤੁਸੀਂ ਫਿਰ ਵੀ ਸਮਾਂ ਕੱਢ ਕੇ ਪਹੁੰਚੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦਾ ਬਲ ਪ੍ਰਦਾਨ ਕਰੇ। ਅੱਜ ਦੋ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਸੀ, ਉਪਰੰਤ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਜੀ ਨੇ ਹੁਕਮਨਾਮੇ ਦੀ ਕਥਾ ਵਿਆਖਿਆ ਵੀ ਕੀਤੀ। ਉਹਨਾਂ ਦੀ ਸਿਹਤ ਕੋਈ ਠੀਕ ਨਹੀਂ ਸੀ, ਲੇਕਿਨ ਫਿਰ ਵੀ ਉਹਨਾਂ ਨੇ ਹਾਜ਼ਰੀ ਭਰੀ। ਮੈਂ ਅਰਦਾਸ ਕਰਦਾ ਵਾਹਿਗੁਰੂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ, ਕਿਰਪਾ ਕਰੋ ਇਹਨਾਂ ਨੂੰ ਦੇਹ ਰੋਗਤਾ ਦੀ ਦਾਤ, ਚੜ੍ਹਦੀ ਕਲਾ ਦਾ ਬਲ ਅਤੇ ਪੰਥ ਦੀਆਂ ਮਹਾਨ ਸੇਵਾਵਾਂ ਜੋ ਤੁਸੀਂ ਸਮਰਪਿਤ ਕੀਤੀਆਂ ਨੇ ਮਹਾਰਾਜ, ਇਹਨਾਂ ਪਾਸੋਂ ਆਪ ਕਰਵਾਓ। ਇਹ ਗੁਰੂ ਸਾਹਿਬ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਜਿੰਨੇ ਵੀ ਸੰਤ ਮਹਾਤਮਾ ਮਹਾਨ ਪੰਥਕ ਰੂਹਾਂ ਇੱਥੇ ਪਹੁੰਚੀਆਂ ਨੇ, ਸਭ ਦਾ ਬਹੁਤ ਬਹੁਤ ਧੰਨਵਾਦ। ਸਭ ਨੂੰ ਵਾਹਿਗੁਰੂ ਚੜ੍ਹਦੀ ਕਲਾ ਦਾ ਬਲ ਬਖਸ਼ੇ। ਦਮਦਮੀ ਟਕਸਾਲ ਦੇ ਹੈੱਡਕੁਆਟਰ ਦੀਆਂ ਜਿੰਨੀਆਂ ਵੀ ਬ੍ਰਾਂਚਾਂ ਨੇ, ਚਾਹੇ ਉਹ ਜਲੰਧਰ ਸਮਸਤਪੁਰ ਹੈ ਅਤੇ ਚਾਹੇ ਸੂਸਾਂ ਹੁਸ਼ਿਆਰਪੁਰ ਅਤੇ ਚਾਹੇ ਕਿਸੇ ਹੋਰ ਜਗ੍ਹਾ ਉੱਤੇ, ਸਾਰੇ ਜਥੇਦਾਰ ਇੱਥੇ ਪਹੁੰਚੇ ਨੇ। ਮੇਰੇ ਮਾਣਯੋਗ ਗੁਰਮੁਖ ਪਿਆਰੇ ਭਾਈ ਸੁਖਦੇਵ ਸਿੰਘ ਜੀ ਚਹੇੜੂ ਵਾਲੇ, ਭਾਈ ਤਰਲੋਚਨ ਸਿੰਘ ਜੀ ਹੁਸ਼ਿਆਰਪੁਰ ਵਾਲੇ, ਇਸੇ ਪ੍ਰਕਾਰ ਬਾਬਾ ਮੋਹਨ ਸਿੰਘ ਜੀ ਪੰਘਾਲੀ ਕਲਾਂ ਵਾਲੇ, ਬਾਬਾ ਲੱਖਾ ਸਿੰਘ ਜੀ ਰਾਮ ਥੰਮਨ ਵਾਲੇ, ਸਾਰੇ ਮਹਾਂਪੁਰਸ਼ ਪਹੁੰਚੇ ਨੇ ਅੱਜ ਸਮਾਗਮ ਵਿੱਚ ਹਾਜ਼ਰੀ ਭਰਨ ਵਾਸਤੇ। ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਪੰਥ ਦੀਆਂ ਸ਼ਖਸੀਅਤਾਂ ਜ਼ਿੰਮੇਵਾਰ ਸੱਜਣ ਆਏ ਨੇ, ਸਭ ਨੂੰ ਜੀਓ ਆਇਆ, ਸਭ ਦਾ ਧੰਨਵਾਦ। ਇਸ ਤੋਂ ਉਪਰੰਤ ਆਓ, ਅੱਜ ਸਮਾਂ ਹੈ ਬਾਬਾ ਠਾਕਰ ਸਿੰਘ ਜੀ ਦੀ ਪਾਵਨ ਪਵਿੱਤਰ ਬਰਸੀ ਉਹਨਾਂ ਦੀ ਯਾਦ ਮਨਾਉਣ ਦਾ। ਬੜਾ ਸੁੰਦਰ ਲਿਖਿਆ ਹੈ ਕਿ ਸਾਨੂੰ ਬਖਸ਼ੀ ਗੁਰਦੇਵ ਨੇ ਗੁਰੂ ਸਿੱਖੀ, ਆਓ ਮੁੱਖੜਾ ਗੁਰੂ ਦੇ ਵੱਲ ਕਰੀਏ, ਜਿਹੜਾ ਗੁਰੂ ਦੀ ਗੱਲ ਸੁਣਾਏ ਉਸਨੂੰ ਭੇਟਾ ਲਾ ਕੇ ਜਿਸਮ ਦੀ ਖੱਲ ਕਰੀਏ। ਵੇਲੇ ਵੇਲੇ ਦੀ ਹੁੰਦੀ ਨਮਾਜ਼ ਚੰਗੀ, ਟੱਕਰਾਂ ਮਾਰ ਕੁਵੇਲੇ ਨਾ ਝੱਲ ਕਰੀਏ, ਉਹ ਜਿਹਦੇ ਕੋਲ ਜਾਈਏ ਉਹਦਾ ਜਸ ਗਾਈਏ, ਅਤੇ ਜੈਸਾ ਸਮਾਂ ਹੋਵੇ ਉਸੀ ਗੱਲ ਕਰੀਏ। ਜਿੱਦਾਂ ਦਾ ਸਮਾਂ ਹੋਵੇ ਨਾ,
जे उदा नाल उदा की गल करिए ते लोग कहिंदे ने वाह बई वाह किन्नी वधिया सियाणी गल कीती है, ऐ जिद्दां दा मौका सी ना मौके नाल ढुकवीं गल कीती है। इस वास्ते अज मौका है संत बाबा ठाकुर सिंह बाबा जी की पावन पवित्र बरसी उन्हां दे सलाना जोड़ मेले का, उन्हां दी जिंदगी नूं तक एक मैनूं बड़ा पवित्र बचन चेते आ रहा कि उन्हां दी बरसी उन्हां दा जोड़ मेला चढ़दी कला वे दमदमी टकसाल वल्लों क्यों मनाया जा रहा, इस वास्ते कि सवेर दा समां सी एक माली ने बाग विचों गुलाब के फुल तोरे टोकरी भरी लैके राजे के महलों नूं तुरिया जा रहा सी। जिस रस्ते थानी माली गुलाब के फुलों की टोकरी भर के तुरिया जा रहा सी उस रस्ते दे सज्जे पासे ते खब्बे पासे कणक दियां हरियां भरियां खेतियां लह लहा कर रहियां सन। तुरिया जांदा माली कहिंदा है कादर तेरी कुदरत दा शुकराना है, विरले विरले लोग ने जेड़े रब की कुदरत का शुकराना करते, नहीं तो हर बंदा आप ही रब खुदा बनने की कोशिश करता है। तुरिया जांदा माली कहिंदा परमात्मा मैं तेरा शुक्रगुजार हाँ, जिमीदार ने धरती ते हल वाया इहदी कुख विच कणक दा एक दाणा पाया, दाने तो तू बूटा बना दिता है, बूटे नूं कई सिट्टे लग गए ने, सिट्टियां तो वड्डे वड्डे बोल लग जांदे ने, ऐ परमात्मा तेरा शुक्र है तेरा शुक्र है। बहुते लोग तां कहिंदे कमाई मैं पीती है, हल मैं वाया, कणक मैं बीजी है, रब कौन है सिट्टे लाउण वाला, नहीं नहीं उहदी कृपा तो बगैर तां पत्ता नहीं हिलदा। सभनी छालां मारियां करता करे सोए, बंदा बड़िया छालां मारदा ये करांगा वो करांगा पर भराओ हुंदा उह कुछ है जो कुछ वाहिगुरू नूं मंजूर होवे। तुरिया जांदा माली रब दा शुक्र करदा है ते अचनचेत ही उस रस्ते विच इक पत्थर दा वट्टा पिया होया सी, हुण माली दा ख्याल है कणकां वाले देखदा है रब दा शुक्र करदा है, उस पत्थर दे वट्टे नाल इस नूं ठेडा लग गया, जदों अड़ के डिग पिया ते फुल जिहड़े चुके सी सिर ते गुलाब दे फुल्लां दी टोकरी उह सारे खिलर गए। माली उठिया उसने उठ के आहिस्ता आहिस्ता बिखरे हुए फुलां नूं एकत्र कीता टोकरी विच पा के उह राजे दे महलां विच लै गुजरिया। जदों इह माली इस रस्ते थानी लंघ गया माली तो मगरों एक मुसाफर होर तुरिया आउंदा सी, जदों उह भी इस रस्ते विच आउंदा आउंदा पत्थर दे वट्टे लागे आया उसनूं भी ठेडा लग पिया ते उह भी डिग पिया। जदों दूजा मुसाफर उसे थां ते डिगा जिथे माली ते माली दे फुल डिगे सी उस डिगण वाले बंदे नूं उस मिट्टी विचों गुलाब के फुलां की खुशबू आई। सात संगत उस डिगण वाले बंदे ने धरती के जरिया उठा के अपने मस्तक ते ला के क्या है धरती तू कितनी खुश नसीब है तेरे विचों गुलाब के फुलां की खुशबू आ रही है। भराओ माली डिगया ते उहदे फुल डिगे, वह भावें फुलां नूं उठा के लै गया पर उन्हां फुलां विच ऐसी खासियत है ऐसी रहमत है वह फुल जाते जाते अपनी खुशबू उस मिट्टी विच भर गए। इस तरह इस मात लोक विच संत बाबा ठाकुर सिंह जी एक गुलाब का फुल बन के आए सी, लंबा समा उन्होंने पंथ की मानता ते दमदमी टकसाल की सेवा की, उस गुलाब के फुल नूं माली भावें उठा के लै गया है पर उन्हां दी भगती ते शुभ गुणा की उन्हां दी विलखणता की खुशबू लैण वास्ते अज भी असीं मैते गुरद्वारा दमदमी टकसाल के हैडक्वाटर ते पहुँचते हाँ, उन्हां दी भगती नूं आपां सजदा करन वास्ते आए हाँ, नमस्कार करन वास्ते आए हाँ, गुरु ग्रंथ साहिब दे चरणां विचों झोली भरन वास्ते आए। आओ उन्हां लोकां नूं दुनिया याद करदी है जिन्हां ने प्रभु दी भगती कीती होवे। संत बाबा ठाकुर सिंह जी दी याद विच लिखी हुई वार ढाडी जथा बयान करन गए, धन धन बाबा ठाकुर सिंह जी तुसी हो पुरख महानी।
ਸਾਰਿਆਂ ਦਾ ਭਲਾ ਮੰਗਦੇ, ਸਾਰਿਆਂ ਦਾ ਭਲਾ ਮੰਗਦੇ, ਤੇ ਕੋਈ ਨਾ ਦਿਸੇ ਬੇਗਾਨਾ ਰੱਬ ਦੀ ਬੰਦਗੀ ਨੂੰ, ਰੱਬ ਦੀ ਬੰਦਗੀ ਨੂੰ ਸਜਦਾ ਕਰੇ ਜ਼ਮਾਨਾ। ਛੱਡੋ ਸਭ ਨਾਲ ਕਰੋ ਪ੍ਰੀਤਾਂ, ਜੀ ਨੂਰ ਵੀ
ਸੁਭਾਗਾ ਹੋ ਗਿਆ, ਨੂਰ ਵੀ ਸੁਭਾਗਾ ਹੋ ਗਿਆ, ਗਾ ਕੇ ਸਿਫਤ ਤਰਾਨਾ ਰੱਬ ਦੀ ਬੰਦਗੀ ਨੂੰ, ਰੱਬ ਦੀ ਬੰਦਗੀ ਨੂੰ ਸਜਦਾ ਕਰੇ ਜ਼ਮਾਨਾ, ਸਿਮਰਨ ਕਰ ਕਰਕੇ, ਸਿਮਰਨ ਕਰ ਕਰਕੇ ਬਣ ਗਏ ਮਰਦ ਮਹਾਨਾ। ਸਤਿਕਾਰਯੋਗ ਖਾਲਸਾ ਜੀ, ਬਹੁਤ ਬੜੀ ਖੁਸ਼ੀ ਹੋ ਰਹੀ ਹੈ ਕਿ ਦਮਦਮੇ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਹੁਣਾਂ ਨੇ ਟਕਸਾਲ ਵੱਲੋਂ ਦੋਵੇਂ ਹੱਥ ਜੋੜ ਕੇ ਸਿੰਘ ਸਾਹਿਬ ਗੁਰਮੁਖ ਪਿਆਰੇ ਭਾਈ ਸੁਖਜਿੰਦਰ ਸਿੰਘ ਜੀ, ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਬੈਠ ਕੇ ਹਰ ਰੋਜ਼ ਜਦੋਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦਰਬਾਰ ਸਾਹਿਬ ਵਿਖੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਂਦੇ ਨੇ, ਸ਼ਾਮ ਨੂੰ ਰਹਿਰਾਜ ਸਾਹਿਬ ਦਾ ਜਾਪ ਕਰਦੇ ਨੇ, ਆਪਾਂ ਘਰਾਂ ਵਿੱਚ ਬੈਠ ਕੇ ਇਹਨਾਂ ਦੇ ਦਰਸ਼ਨ ਕਰਦੇ ਹਾਂ, ਅਤੇ ਅੱਜ ਇਹਨਾਂ ਨੂੰ ਬੇਨਤੀ ਕੀਤੀ ਹੈ, ਮਹਾਂਪੁਰਸ਼ਾਂ ਦੀ ਬੇਨਤੀ ਪ੍ਰਵਾਨ ਕਰਕੇ ਸਿੰਘ ਸਾਹਿਬ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਸਾਹਿਬਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਉਹਨਾਂ ਨੂੰ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਦਾਨਸ਼ਵੰਦ ਵੱਡੇ ਛੋਟੇ ਵੀਰ ਆਏ ਨੇ, ਮੈਂ ਸਾਰਿਆਂ ਨੂੰ ਦਮਦਮੀ ਟਕਸਾਲ ਵੱਲੋਂ ਹਾਰਦਿਕ ਤੌਰ 'ਤੇ ਜੀਓ ਆਇਆਂ ਆਖਦਾ ਹਾਂ। ਬਹੁਤ ਬਹੁਤ ਧੰਨਵਾਦ ਹੈ, ਗੁਰੂ ਮਹਾਰਾਜ ਕਿਰਪਾ ਕਰੇ ਇਸੇ ਤਰ੍ਹਾਂ ਟਕਸਾਲ ਵੱਲੋਂ ਜੋ ਵੀ ਬੇਨਤੀਆਂ ਜਾਂਦੀਆਂ ਨੇ, ਜਿਹੜੀਆਂ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ, ਉਸ ਬੇਨਤੀ ਨੂੰ ਮੱਦੇਨਜ਼ਰ ਰੱਖ ਕੇ ਜ਼ਰੂਰ ਪਹੁੰਚਦੀਆਂ ਨੇ। ਸੁਬਾਹ ਤੋਂ ਲੈ ਕੇ ਹੁਣ ਤੱਕ ਬੜੀਆਂ ਬੜੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਹੈ, ਸਭ ਨੂੰ ਜੀ ਆਇਆਂ ਨੂੰ ਅਤੇ ਸਦਕੇ ਗਿਆਂ ਨੂੰ। ਕਈ ਵਾਰ ਬੰਦਾ ਆਉਂਦਾ ਨਾ ਹਾਜ਼ਰੀ ਭਰ ਕੇ, ਉਸੇ ਵੇਲੇ ਤੁਰਨ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਨੂੰ ਇਹ ਹੀ ਕਹਿ ਜਾਂਦਾ ਤੁਸੀਂ ਆਏ ਔਰ ਜਿਵੇਂ ਵਿੱਚੋਂ ਸਮਾਂ ਕੱਢ ਕੇ ਤੁਹਾਨੂੰ ਜੀ ਆਇਆਂ ਨੂੰ, ਅਤੇ ਹੁਣ ਤੁਸੀਂ ਚੱਲੇ ਹੋ, ਅਸੀਂ ਸਟੇਜ ਵੱਲੋਂ ਤੁਹਾਨੂੰ ਸਦਕੇ ਗਿਆਂ ਨੂੰ ਵੀ ਆਖਦੇ ਹਾਂ। ਬਹੁਤ ਬਹੁਤ ਧੰਨਵਾਦ ਹੈ ਸਿੰਘ ਸਾਹਿਬ ਜੀ ਤੁਹਾਡਾ, ਭਾਈ ਸੁਖਦੇਵ ਸਿੰਘ ਜੀ ਤੁਹਾਨੂੰ ਵਿਸ਼ੇਸ਼ ਤੌਰ 'ਤੇ ਨਾਲ ਲੈ ਕੇ ਆਏ ਨੇ, ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਹੈ। ਤੋਂ ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਦਮਦਮੀ ਟਕਸਾਲ ਦੇ ਮਹਾਂਪੁਰਖ ਦੇਖੋ, ਬਾਬਾ ਦੀਪ ਸਿੰਘ ਜੀ, ਉਹਨਾਂ ਦੀ ਯਾਦ ਬਣੀ ਹੋਈ ਹੈ ਗੁਰੂ ਰਾਮਦਾਸ ਦੀਆਂ ਪ੍ਰਕਰਮਾਂ ਵਿੱਚ, ਇਹ ਦੂਸਰੇ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਐਨ ਅਕਾਲ ਤਖ਼ਤ ਦੇ ਨਜ਼ਦੀਕ ਉਹਨਾਂ ਦੀ ਯਾਦਗਾਰ ਮੌਜੂਦ ਹੈ, ਅਤੇ ਉਹਨਾਂ ਦੇ ਬਿਲਕੁਲ ਨਜ਼ਦੀਕ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਅਤੇ 84 ਦੇ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਉਹ ਸ਼ਹੀਦ ਗੰਜ ਬਣਿਆ। ਦਮਦਮੀ ਟਕਸਾਲ ਦੀਆਂ ਜੋ ਪ੍ਰਾਪਤੀਆਂ ਨੇ, ਇਹ ਦੁਨੀਆਂ ਵਿੱਚ ਕੋਈ ਵਿਅਕਤੀ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤੇ, ਇਹਨਾਂ ਦੀਆਂ ਕੁਰਬਾਨੀਆਂ ਨੂੰ ਕੋਈ ਬੰਦਾ ਗਿਣ ਨਹੀਂ ਸਕਦਾ। ਮਾਨ ਤਾਂ ਦੁਨੀਆਂ ਵਿੱਚ ਐਵੇਂ ਨਹੀਂ ਮਿਲਦਾ, ਇਹ ਗੱਲ ਵੱਖਰੀ ਹੈ। ਜਦੋਂ ਬੰਦਾ ਤਰੱਕੀ ਕਰਦਾ ਹੋਵੇ, ਚੜ੍ਹਦੀ ਕਲਾ ਦਾ ਦੀ ਗੱਲ ਕਰਦਾ ਹੋਵੇ, ਉਹ ਜਿਹੜੇ ਅੰਦਰੋਂ ਗੁਰੂ ਨਾਲ ਈਰਖਾ ਕਰਦੇ ਨੇ, ਉਹਨਾਂ ਨੂੰ ਉਹ ਗੱਲ ਚੁੱਭਦੀ ਹੈ, ਉਹਨਾਂ ਨੂੰ ਫਿਰ ਦਮਦਮੀ ਟਕਸਾਲ ਚੰਗੀ ਨਹੀਂ ਲੱਗਦੀ, ਇਹਦੇ ਉੱਤੇ ਚੁੱਕੜ ਸੁੱਟਦੇ ਨੇ, ਊਲ ਜਲੂਲ ਉੱਚਾ ਨੀਵਾਂ ਬੋਲਦੇ ਹੈ। ਪਰ ਜੇ ਕੋਈ ਚੰਦ ਵੱਲੇ ਮੂੰਹ ਕਰਕੇ ਥੁੱਕੇਗਾ ਤਾਂ ਉਹਦੇ ਆਪਣੇ ਮੁਖੜੇ ਉੱਤੇ ਹੀ ਪੈ ਜਾਏਗਾ, ਚੰਦ ਤੱਕ ਨਹੀਂ ਪਹੁੰਚ ਸਕੇਗਾ। ਜਿਹੜਾ ਬੰਦਾ ਦਮਦਮੀ ਟਕਸਾਲ ਨਾਲ ਮੱਥਾ ਲਗਾਏਗਾ, 19-21 ਉੱਚਾ ਨੀਵਾਂ ਕਹੇਗਾ, ਉਹ ਬੰਦਾ ਕਦੇ ਨਹੀਂ ਵਰੋਸਾਇਆ ਜਾਏਗਾ। ਇਹਦੀ ਤਰਦ ਕਿਉਂਕਿ ਇੰਨੀ ਵੱਡੀ ਕਮਾਈ ਕੀਤੀ ਹੈ, 48 ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਵਿਖੇ ਪਹਿਲੋਂ ਗੁਰਬਾਣੀ ਦੀ ਸੰਥਿਆ ਕਰਵਾਈ ਅਤੇ ਨਾਲ ਅਰਥ ਪੜ੍ਹਾਏ ਅਤੇ ਨਾਲ ਹੁਕਮ ਕਰ ਦਿੱਤਾ, ਬਾਬਾ ਦੀਪ ਸਿੰਘ ਜੀ ਤੁਸੀਂ ਦਮਦਮੀ ਟਕਸਾਲ, ਦਮਦਮੇ ਸਾਹਿਬ ਵਾਲੀ ਟਕਸਾਲ, ਜਿਵੇਂ ਟਕਸਾਲਾਂ ਵਿੱਚ ਸਿੱਕੇ ਅਤੇ ਕਰੰਸੀ ਘੜੀ ਜਾਂਦੀ ਹੈ, ਤੁਸੀਂ ਮਾਨਵਤਾ ਦਾ ਜੀਵਨ ਘੜਨਾ ਹੈ, ਟਕਸਾਲ ਦੀ ਜ਼ਿੰਮੇਵਾਰੀ ਪੰਥ ਦੇ ਮਾਲਕ ਪੁੱਤਰਾਂ ਦੇ ਦਾਨੀ ਉਹ ਦਮਦਮਾ ਸਾਹਿਬ ਵਿਖੇ ਜਿਵੇਂ ਲਗਾ ਰਹੇ ਨੇ, ਅਤੇ ਦਮਦਮੀ ਟਕਸਾਲ ਜਿਵੇਂ ਪੰਥ ਦੀ ਸੇਵਾ ਕਰਦੀ ਆ ਰਹੀ ਹੈ, ਇਹ ਸਾਰੀ ਦਾਸਤਾਨ ਆਪ ਦੀ ਸੇਵਾ ਵਿੱਚ ਹੈ।
ਵਿੱਚ ਰਹਿਣਾ ਪਰਪੱਕ ਹੈ, ਸੇਵਾ ਖਾਲਸੇ ਦੀ ਕਰਨੀ ਅਥੱਕ ਹੈ, ਜਗ ਸਤ ਵਿੱਚ ਰਹਿਣਾ ਪਰਪੱਕ ਹੈ, ਸੇਵਾ ਖਾਲਸੇ ਦੀ ਕਰਨੀ ਅਥੱਕ ਹੈ, ਬਾਣੀ ਲਿਖਣੀ ਪੜ੍ਹਾਉਣੀ ਸਦਾ ਚਿੱਤ ਚ ਵਸਾਉਣੀ, ਬਾਣੀ ਲਿਖਣੀ ਪੜ੍ਹਾਉਣੀ ਸਦਾ ਚਿੱਤ ਚ ਵਸਾਉਣੀ, ਟਕਸਾਲ ਦੇ 13ਵੇਂ ਜਥੇਦਾਰ ਨੇ ਉਹਨਾਂ ਨੇ ਆਵਾਜ਼ ਦੇਣੀ ਨਾ ਬਾਬਾ ਠਾਕਰ ਸਿੰਘ ਜੀ ਨੂੰ, ਕਹਿਣਾ ਸਿੰਘੋ ਬਾਬਾ ਜੀ ਨੂੰ ਬੁਲਾ ਕੇ ਲਿਆਓ। ਉਹ ਬਾਬਾ ਜੀ ਕਹਿ ਕੇ ਸਤਿਕਾਰ ਕਰਦੇ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਬਾਬਾ ਠਾਕਰ ਸਿੰਘ ਜੀ ਦਾ, ਇਸ ਵਾਸਤੇ ਕਿ 22 ਸਾਲ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਉਹਨਾਂ ਦੀ ਅਰਦਲ ਵਿੱਚ ਰਹਿ ਕੇ ਗੜਬਈ ਦੀ ਸੇਵਾ ਕਰਨੀ, ਉਹਨਾਂ ਦੇ ਨਾਲ ਤਾਂ 4 ਦਿਨ ਸੀ ਬੰਦਾ ਨਹੀਂ ਕੱਟ ਸਕਦਾ ਸੀ, ਇੰਨਾ ਸਖਤ ਪੈਰਾ ਸਿਮਰਨ ਭਜਨ ਬੰਦਗੀ, ਜਦੋਂ ਆਵਾਜ਼ ਦੇਣੀ ਉਸੇ ਵੇਲੇ ਤਤਪਰ ਰਹਿਣਾ, ਨਾ ਰੱਜ ਕੇ ਸੌਣਾ ਨਾ ਰੱਜ ਕੇ ਭੋਜਨ ਖਾਣਾ, ਕੇਵਲ ਅਤੇ ਕੇਵਲ ਸੇਵਾ ਅਤੇ ਸਿਮਰਨ। ਪੂਰੇ 22 ਸਾਲ ਉਹਨਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਮਹਾਨ ਸੇਵਾ ਕੀਤੀ, ਉਹਨਾਂ ਤੋਂ ਮਗਰੋਂ ਦਮਦਮੀ ਟਕਸਾਲ ਵਿੱਚ ਰਹਿ ਕੇ 8 ਸਾਲ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਰਹਿ ਕੇ ਜਦੋਂ 37 ਜਲੂਸ ਐਮਰਜੈਂਸੀ ਸਰਕਾਰ ਦੇ ਜ਼ੁਲਮ ਵਿਰੁੱਧ ਮਹਾਂਪੁਰਸ਼ਾਂ ਨੇ ਕੱਢੇ ਸੀ, ਉਹਨਾਂ ਜਲੂਸਾਂ ਅਤੇ ਉਹਨਾਂ ਕੀਰਤਨਾਂ ਦੇ ਵਿੱਚ ਮੋਢੇ ਨਾਲ ਮੋਢਾ ਡਾ ਕੇ ਬਾਬਾ ਠਾਕਰ ਸਿੰਘ ਜੀ ਨੇ ਮਹਾਨ ਸੇਵਾ ਕੀਤੀ। ਇਸ ਤੋਂ ਮਗਰੋਂ 77 ਤੋਂ ਲੈ ਕੇ 84 ਤੱਕ ਪੂਰੇ 7 ਸਾਲ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਆਗਿਆਕਾਰੀ ਵਿੱਚ ਰਹਿ ਕੇ ਉਹਨਾਂ ਨੇ ਮਹਾਨ ਸੇਵਾ ਕੀਤੀ, ਅਤੇ 84 ਤੋਂ ਬਾਅਦ ਸਨ 2004 ਤੱਕ ਉਹਨਾਂ ਨੇ ਦਮਦਮੀ ਟਕਸਾਲ ਜੀ ਦੀ ਮਹਾਨ ਅਗਵਾਈ ਕੀਤੀ ਸਾਰੀ ਜ਼ਿੰਦਗੀ। ਅਤੇ ਉਹਨਾਂ ਨੂੰ ਘਰੋਂ ਜਿਹੜਾ ਕੋਈ ਤਿਲ ਫੁੱਲ ਜ਼ਮੀਨ ਭਾਂਡਾ ਮਿਲਿਆ ਸੀ ਨਾ, ਜਿਤਨੀ ਜ਼ਮੀਨ ਬਾਬਾ ਠਾਕਰ ਸਿੰਘ ਜੀ ਦੀ, ਉਹ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਵਾ ਦਿੱਤੀ। ਇਹਨਾਂ ਦਾ ਮਹਾਂਪੁਰਸ਼ ਤਾਂ ਦੁਨੀਆ ਵਿੱਚ ਹੋ ਸਕਦਾ ਹੈ? ਲੋਕ ਤਾਂ ਗੁਰੂਆਂ ਦੀ ਗੋਲਕ ਵਿੱਚੋਂ ਪੈਸੇ ਕੱਢ ਕੇ ਜ਼ਮੀਨ ਆਪਣੇ ਨਾਲ ਲਵਾਉਂਦੇ ਹੈ,
ਉਹਨਾਂ ਨੇ ਆਪਣੀ ਜ਼ਮੀਨ ਗੁਰੂ ਗ੍ਰੰਥ ਸਾਹਿਬ ਨਾਲ ਲਵਾ ਦਿੱਤੀ। ਇਹ ਤੇ ਉਹਨਾਂ ਵਿੱਚ ਤੇ ਸਾਡੇ ਵਿੱਚ ਇੰਨਾ ਨਹੀਂ ਫਰਕ ਹੈ, ਫਰਕ ਹੈ। ਸਵੇਰੇ ਭਾਈ ਸੁਖਦੇਵ ਸਿੰਘ ਜੀ ਕਹਿੰਦੇ ਸੀ ਕਿ ਆਪਣੀ ਪਤਾ ਨਹੀਂ ਕਿਸੇ ਨੇ ਬਰਸੀ ਮਗਰੋਂ ਮਨਾਉਣੀ, ਮੈਂ ਕਿਹਾ ਆਪਣਾ ਤਾਂ ਪਤਾ ਨਹੀਂ, ਕੋਈ ਸੁਖਮਨੀ ਸਾਹਿਬ ਦਾ ਪਾਠ ਵੀ ਮਗਰੋਂ ਮਰਨ ਤੋਂ ਕਰਵਾਵੇ ਭਾਵੇਂ ਨਾ ਕਰਵਾਵੇ, ਉਹ ਤਾਂ ਬੰਦਗੀ ਵਾਲੀਆਂ ਰੂਹਾਂ ਨੇ ਜਿਨ੍ਹਾਂ ਦੇ ਜੋੜ ਮੇਲੇ ਲੱਗਦੇ ਨੇ ਅਤੇ ਤਮਾਮ ਸੰਗਤ ਜੁੜ ਕੇ ਨਤਮਸਤਕ ਹੁੰਦੀ ਹੈ, ਉਹਨਾਂ ਦੀਆਂ ਆਸ਼ੀਰਵਾਦਾਂ ਅਤੇ ਰਹਿਮਤਾਂ ਨਾਲ ਆਪਣੀ ਝੋਲੀ ਭਰਦੀ ਹੈ। ਤਾਂ ਕਹਿਣਾ ਮੈਂ ਚਾਹੁੰਦਾ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੁਰਮਾਨ ਕੀਤਾ, ਭਾਈ ਦੀਪ ਸਿੰਘ ਜੀ ਤੁਸੀਂ ਦਮਦਮੀ ਟਕਸਾਲ ਦੇ ਮੁਖੀ ਹੋਵੋਗੇ, ਜਾਓ ਗੁਰੂ ਨਾਨਕ ਦੇ ਘਰ ਦੀ ਤਨ ਮਨ ਨਾਲ ਜਦੋਂ ਸੇਵਾ ਕਰੋਗੇ, ਪਰਮਾਤਮਾ ਕਰੇ ਪੰਥ ਦੀ ਕਾਦਰ ਤੁਹਾਡਾ ਧਰਨਾ ਨੂੰ ਸੀਸ ਵੀ ਭਾਵੇਂ ਵੱਖਰਾ ਹੋ ਜਾਏ, ਤੁਹਾਡੇ ਪਿਆਰ ਅਤੇ ਸਤਿਕਾਰ ਵਿੱਚ ਕੋਈ ਫਰਕ ਨਹੀਂ ਪਵੇਗਾ, ਤੁਹਾਡੇ ਆਨੰਦ ਵਿੱਚ ਕੋਈ ਓਨਤਾਈ ਨਹੀਂ ਰਹੇਗੀ। ਭਾਈ ਮਨੀ ਸਿੰਘ ਜੀ ਨੇ ਜਦੋਂ ਗੁਰਬਾਣੀ ਲਿਖੀ ਜਾ ਰਹੀ ਸੀ ਉਹਨਾਂ ਦੀ ਸੇਵਾ 'ਤੇ ਪ੍ਰਸੰਨ ਹੋ ਕੇ ਕਿਹਾ, ਭਾਈ ਮਨੀ ਸਿੰਘ ਜੀ ਤੁਸੀਂ ਪੰਥ ਦੀ ਬੜੀ ਸੇਵਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਵਾਉਣ ਦੀ ਸੇਵਾ ਕੀਤੀ ਹੈ, ਤੁਹਾਡੇ ਸਰੀਰ ਦਾ ਭਾਵੇਂ ਬੰਧ ਕੱਟਿਆ ਜਾਏ, ਪਰ ਯਾਦ ਰੱਖਣਾ ਗੁਰੂ ਦੀ ਰਹਿਮਤ ਸਦਕਾ ਤੁਹਾਡੇ ਆਨੰਦ ਵਿੱਚ ਕਦੇ ਫਰਕ ਨਹੀਂ ਆਏਗਾ। ਸ਼ਬਦ ਗੁਰੂ ਗੋਬਿੰਦ ਸਿੰਘ ਨੇ ਜੋ ਕਹੇ ਉਹ ਦੁਨੀਆਂ ਨੇ ਸਾਕਾਰ ਵੇਖੇ, ਇਹ ਗੱਲ ਵੱਖਰੀ ਹੈ। ਦਮਦਮੀ ਟਕਸਾਲ ਦੇ ਕਈ ਲੋਕ ਉਂਗਲਾਂ ਰੱਖਦੇ ਨੇ, ਇਹਨਾਂ ਦੀ ਕੀ ਕਮਾਈ ਹੈ ਜੀ, ਇਹਨਾਂ ਦਾ ਸ਼ੁਰੂਆਤ ਕਾਹਦਾ ਹੈ? ਉਹ ਜਿਸ ਟਕਸਾਲ ਦੇ ਤਿੰਨ ਮੁਖੀ ਗੁਰੂ ਰਾਮਦਾਸ ਦੀਆਂ ਚਰਨਾਂ ਵਿੱਚ ਉਹਨਾਂ ਦੀਆਂ ਪ੍ਰਕਰਨਾਂ ਵਿੱਚ ਬੈਠੇ ਹੋਣ, ਇਹ ਕਮਾਈ ਨਹੀਂ ਤੇ ਹੋਰ ਕੀ, ਇੱਥੇ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਦਾ ਹੈ। ਇਸ ਵਾਸਤੇ ਵਾਹਿਗੁਰੂ ਕਿਰਪਾ ਕਰੇ, ਜਿਹੜੇ ਲੋਕ ਗੁਰਬਾਣੀ ਦੀ ਖੋਜ ਕਰਦੇ, ਜਿਹੜੇ ਨਿੱਤ ਗੁਰਬਾਣੀ ਦਾ ਜਾਪ ਕਰਦੇ, ਗੁਰਸਿੱਖ ਉਹਨਾਂ ਨੂੰ ਹੱਥਾਂ 'ਤੇ ਚੁੱਕਦੇ ਨੇ। ਇਲੀਟੇਟ ਬੇਸਮਝ ਹੈਵਾਨ ਬੰਦੇ ਕਰਨੋ ਈਰਖਾ ਕਦੇ ਨਾ ਰੁਕਦੇ ਨੇ, ਕਦੇ ਚੂਹਾ ਨਹੀਂ ਲੋਹੇ ਨੂੰ ਕੱਟ ਸਕਦਾ, ਐਵੇਂ ਦੰਦ ਕਰੀਚ ਦੇ ਟੁੱਕਦੇ ਨੇ, ਅੰਤ ਉਹਨਾਂ ਦੇ ਮੂੰਹ ਖਰਾਬ ਹੁੰਦੇ ਜਿਹੜੇ ਚੰਦ ਦੇ ਨੂਰ ਵੱਲ ਥੁੱਕਦੇ ਨੇ। ਜਿਹੜੇ ਚੰਦ ਦੇ ਪ੍ਰਕਾਸ਼ ਵੱਲੇ ਉੱਪਰ ਨੂੰ ਮੂੰਹ ਕਰਕੇ ਥੁੱਕਦੇ ਹੈ, ਮੂੰਹ ਤਾਂ ਉਹਨਾਂ ਦੇ ਖਰਾਬ ਹੋਣੇ ਹੈ ਨਾ, ਜਿਹੜੇ ਐਵੇਂ ਦਿਨੇ ਰਾਤ ਟਕਸਾਲ 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 ਕਹਿ ਕੇ ਭੰਡੀ ਪ੍ਰਚਾਰ ਕਰੀ ਜਾ ਰਹੇ ਨੇ, ਉਹਨਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪੈਂਦੀ ਹੈ। ਇਹਨਾਂ ਦੀਆਂ ਕੁਰਬਾਨੀਆਂ ਨੂੰ ਕੌਣ ਭੁੱਲੇਗਾ? ਬਿਰਥਾ ਖੂਨ ਸ਼ਹੀਦਾਂ ਦਾ ਨਹੀਂ ਜਾਂਦਾ, ਸੁਣਿਓ ਜਰਾ, ਬਿਰਥਾ ਖੂਨ ਸ਼ਹੀਦਾਂ ਦਾ ਨਹੀਂ ਜਾਂਦਾ। ਬਿਰਥਾ ਖੂਨ ਸ਼ਹੀਦਾਂ ਦਾ ਨਹੀਂ ਜਾਂਦਾ, ਬਿਰਥਾ ਖੂਨ ਸ਼ਹੀਦਾਂ ਦਾ ਨਹੀਂ ਜਾਂਦਾ ਜੀ ਭਾਈ, ਜਿੱਥੇ ਡੁੱਲਦਾ ਜੁੱਗ ਪਲਟਾ ਦੇਵੇ, ਇਹ ਖੂਨ ਬਾਰੂਦ ਦੀ ਚਿਣਕ ਬਣ ਕੇ ਸੀਨੇ ਜਜ਼ਬਿਆਂ ਦੇ ਭਾਂਬੜ ਲਾ ਦੇਵੇ, ਕਿਧਰੇ ਇਹ ਭੁਚਾਲ ਲਿਆ ਦੇਵੇ, ਇਹੋ ਖੂਨ ਮਨੁੱਖਤਾ ਲਈ ਟੀਕਾ, ਤੇ ਮਰਦਾ ਕੌਮ ਵਿੱਚ ਜ਼ਿੰਦਗੀ ਪਾ ਦੇਵੇ। ਲੋਕ ਇਹ ਗੱਲ ਕਹਿੰਦੇ ਵੀ ਦਮਦਮੀ ਟਕਸਾਲ ਦਾ ਇਤਿਹਾਸ ਕੀ, ਇਹਦਾ ਮੁੱਢ ਕਦੀਮ ਕੀ ਹੈ? ਉਹ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਗੁਰਬਾਣੀ ਅਰਥਾਂ ਸਮੇਤ ਪੜ੍ਹਨੀ, ਜੇ ਦਰਬਾਰ ਸਾਹਿਬ ਜੀ ਦੀ ਆਜ਼ਾਦੀ ਦੀ ਗੱਲ ਚੱਲੀ ਤਾਂ ਬਗੈਰ ਸੀਸ ਤੋਂ ਧੜ ਦੇ ਨਾਲ ਦੁਸ਼ਮਣਾਂ ਦਾ ਖਾਤਮਾ ਕਰਕੇ ਹਰਿਮੰਦਰ ਸਾਹਿਬ ਨੂੰ ਦੁਸ਼ਮਣਾਂ ਦੇ ਸ਼ਿਕੰਜੇ ਵਿੱਚੋਂ ਆਜ਼ਾਦ ਕਰਵਾਉਣਾ, ਅਹਿਮਦ ਸ਼ਾਹ ਅਬਦਾਲੀਆਂ ਦੀਆਂ ਫੌਜਾਂ ਨੂੰ ਨੱਥ ਪਾਉਣੀ, ਇਹ ਦਮਦਮੀ ਟਕਸਾਲ ਦੀ ਮਹਾਨ ਜ਼ਿੰਮੇਵਾਰੀ ਹੈ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਤੋਂ ਚਲਾਏ ਹੋਏ ਮਹਾਂਪੁਰਸ਼ ਬਾਬਾ ਦੀਪ ਸਿੰਘ, ਭਾਈ ਗੁਰਬਖਸ਼ ਸਿੰਘ ਜੀ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ, ਜੋ ਦਮਦਮੀ ਟਕਸਾਲ ਦਾ ਕਰਨੀ ਨਾਮਾ ਹੈ, ਸੁਣਿਓ ਜ਼ਰਾ ਦੋ ਸ਼ਬਦਾਂ ਰਾਹੀਂ ਨਿਰਮਲ ਸਿੰਘ ਨੂਰ ਦਾ ਢਾਡੀ ਜਥਾ ਬਿਆਨ ਕਰਦਾ ਹੈ ਕਿ ਕੀ ਪ੍ਰਾਪਤੀਆਂ ਨੇ ਵਾਹਿਗੁਰੂ ਦੀ ਕਿਰਪਾ ਦੁਆਰਾ, ਕਿੰਨੀਆਂ ਸੇਵਾਵਾਂ ਦਮਦਮੀ ਟਕਸਾਲ ਨੇ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਹੁਣ ਤੱਕ ਕੀਤੀਆਂ ਨੇ, ਉਹ ਸਾਰੀਆਂ ਸੇਵਾਵਾਂ ਦਾ ਵੇਰਵਾ ਢਾਡੀ ਜਥਾ ਆਪਣੀ ਸੇਵਾ ਵਿੱਚ ਹੈ।
ਰੁਤਬਾ ਪਾਇਆ ਇਸ ਟਕਸਾਲ ਦੇ ਮੁਖੀਏ ਹੋਣ ਦਾ ਰੁਤਬਾ ਪਾਇਆ ਹੋ ਜੇਕਰ ਧਰਮ ਦੀ ਖਾਤਰ ਲੋੜ ਪਈ ਸਿਰ ਵਾਰਨ ਦੀ ਮੈਂ ਸਦਕੇ ਜੇਕਰ ਧਰਮ ਦੀ ਖਾਤਰ ਲੋੜ ਪਈ ਸਿਰ ਵਾਰਨ ਦੀ ਜੇਕਰ ਧਰਮ ਦੀ ਖਾਤਰ ਲੋੜ ਪਈ ਸਿਰ ਡੰਕਾ ਹੈ ਖੜਕਾਇਆ ਉਹ ਸਤ ਜਰਨੈਲ
साल दा मान बधाया सारी दुनिया विच टक साल दा नाम बधाया ओले जयकार नूर जी सदा जगत विच होवेगे जय जयकार नूर जी जय जयकार नूर जी सदा जगत विच होवेगी ओ जय जयकार मैनू बहुत बड़ी खुशी हो रही है दमदमी टकसाल तो वरों साए हुए मेरे सत्कारयोग वीर जी गुरमुख प्यारे भाई सुखदेव सिंह जी जिन्हों पहलों सेवा सौंपी सी चहेड़ू नगर विखे शहीदों की याद में अजक आनंदपुर साहब विखे ड्यूटी करते हैं हमने मैं स्टेज पर दस के गए भी सिंह साहब भाई सुखजिंदर सिंह जी उन्होंने पंथ के महान प्रसिद्ध कथावाचक भाई हरमित्र सिंह जी भी आए ने उन्हों का धनवाद करना भी साडा टकसाल का फर्ज बनता है मैं गुरु की स्टेज वालों दमदमी टकसाल वालों श्रोमणी गुरद्वारा प्रबंधक कमेटी के सत्कारे हुए कथावाचक जिहड़े मंजी साहब कथा करते हैं भाई हरमित्र सिंह जी स्टेज पर बैठे ने मैं उन्हों का बहुत बहुत धनवाद करता हाँ बाबा जीवा सिंह जी जिन्हों उत्ते वाहगुरु की इन्नी अपरपार कृपा है जिन्हों के गात्रे विच श्री साहब है ते हिरदे विच दशमेश पिता जी ते दिमाग विच आग्याकारी टकसाल की आग्याकारी विच किवें रहना है मैनु बहुत सारे टकसाली वीर ने पहले हुक्म कर दिता सी वो कहिंदे नूर जी बरसी तो भावें अज बाबा ठाकर सिंह जी है पर लास्ट में एक बाबा जरनैल सिंह जी की वार जरूर सुना के जायो मैं क्या जरूर जिवें तुहाडा हुक्म है उस तरह कर लवेंगे पर मैं क्या मुख मकसद तो अज बाबा ठाकर सिंह की बरसी है ना उन्हां दियां दास्तानां दा जिक्र किया जाएगा वह कहिंदे ने लास्ट में एक बाबा जरनैल सिंह की वार सुना दिलो बड़ी जल्दी जल्दी पांच क मिनट तुहाडे होर लैके एक वार कह के असीं तुहाडे कोलों खिमा मंग लैनी मैं गल कर रहा सी दमदमी टकसाल के वरों साए हुए कथावाचकों की भाई जोधा सिंह जी भाई साहब सिंह जी महापुरशां की आग्याकारी विच रह के जिथे भी हुक्म होवे देखो जो 6 जून आना है 6 जून आने तो पहला 2 महीने पिंडा में इलाकों में ड्यूटी लग जाती है तुम फलाने पिंड जाके खता करनी है फलाने टाइम फलाने पिंड से जाना है तो रब की इन्नी कृपा होंगी है इस दमदमी टकसाल के हैडक्वाटर उत्ते 55 किलिया का जोड़ा व्डा इन्ना पार्किंग वो भी छोटी पै जाती है इन्नी संगत हम हमा के आँदी है ये पंथ के दुनिया के दिल दमदमी टकसाल का सत्कार है असं हने हने इटली गए उत्थे खंडपाठ साहब किसी प्रेमी ने करवाना से वह कहिंदा जी मैं तो उन्हां तो खंडपाठ की सेवा लैनी जिहड़े दमदमी टकसाल तो जिन्होंने संथिया कराई है लोगों का इन्ना विश्वास है जिहड़े समा कढ के टकसाल कोलों विद्या लैंदे ने संथिया लैंदे ने गुरबाणी पढ़ते ने हरेक गुरसिख उन्हां दा मान तान करदे इक वास्ते इक्का दुक्का कहण दे नाल कदे कोई बंदा घटिया नहीं हो जाता ये तो वाहगुरु की कृपा है पर जिहड़े नाम सिमरन कमाई करन वाले हुंदे ने उन्हां नूं दुनिया कहिंदी है कोई आखे भूत ना को कहे बिता लायक गुरमुख गुरमुख तो नहीं मैं मनमुख कहांगा मैनू विदेश विच मिलिया कहिंदा चलो मनिया बाबा दीप सिंह भाई मनी सिंह जी तक कुरबानी है बाबा जरनैल सिंह जी तक कुरबानी है जो कहिंदे बाबा हरनाम सिंह की कुरबानी की है मैं क्या दसा जे तू ये गल पुछनी है तो बाबा हरनाम सिंह जी की एक कुरबानी है जिन्होंने 6 जून 1984 उत्ते शहीदी के बाटे छके कुरबानियां दित्तियां अकाल तख्त की मन मर्यादा कायम रखी उन्हां दी याद विच उत्थे यादगार शहीद गंज उसार देना एक कुरबानी है बाबा हरनाम सिंह की मैं कह तू अपने आप को एड्डा वड्डा नाडू खान सदाउणा है तू उत्थे अकाल तख्त दे लागे 2 इट्टां लगा के सीमेंट नाल दिखा दे असीं तैनू मन लवांगे एक कुरबानी है शहीदां दी याद नू बरकरार कराउणा इह केवल ते केवल बाबा हरनाम सिंह दे विरसे विच आई है इस वास्ते जिहड़ी दमदमी टकसाल है इहदियां प्राप्तियां इहदियां कुरबानियां कदे भी कोई बंदा उंगलां उत्ते नहीं गिन सकदा जिन्नी वड्डी पंथ की मानवता की सेवा इन्हां ने कीती है दुनिया की कोई संस्था नहीं कर सकती आओ जो कुलदीप बराड़ फौज लेके आया 2200 सिपाही सने बूटा परिक्रमा भी शामिल होए उदो संत बाबा जरनैल सिंह जी रोह विच भर गए उन्होंने कहा मेरे दूल्यो सरदारो कलगी करदे सिंघो
ਇਹ ਪ੍ਰਕਰਮਾ ਵਿੱਚ ਇੱਕ ਇੱਕ ਸਿਲ ਦੇ ਥੱਲੇ ਹਜ਼ਾਰ ਹੱਥ ਸੂਰਮਿਆਂ ਦੇ ਸਿਰ ਲੱਗੇ ਨੇ। ਪਾਪੀ ਦੁਸ਼ਮਣ ਬਣ ਕੇ ਬੂਟ ਪਾ ਕੇ ਪ੍ਰਕਰਮਾ ਵਿੱਚ ਸ਼ਾਮਲ ਹੋਏ ਨੇ। ਇਹਨਾਂ ਆਏ ਹੋਏ ਦੁਸ਼ਮਣਾਂ ਨੂੰ ਲੋਹੇ ਦੇ ਚਨੇ ਚਬਾਓ। ਇਹ ਸ਼ਬਦ ਕਹਿ ਕੇ ਬਾਬਾ ਜਰਨੈਲ ਸਿੰਘ ਨੇ ਕਿਹਾ, ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬੇਪੂਤੇ। ਕਹਿ ਕੇ ਬਾਬਾ ਜੀ ਨੇ ਚੜ੍ਹਦੀ ਕਲਾ ਦਾ ਸਿੰਘਾਂ ਨੂੰ ਸੰਦੇਸ਼ ਪਲਾਬਾ। ਸ਼ਹੀਦਾਂ ਦਾ ਲਹੂ ਕੌਮ ਦੀ ਤਕਦੀਰ ਬਣ ਜਾਵੇ। ਸ਼ਹੀਦਾਂ ਦਾ ਲਹੂ ਇਸ ਦੀ ਲਾਲੀ ਜਨਮ ਦਿੰਦੀ ਏ ਨਵੀਂ ਪ੍ਰਭਾਤ ਨੂੰ। ਬਨ ਬਹਾਰਾਂ ਸਦਾ ਮੁਸਕਰਾਵੇ ਸ਼ਹੀਦਾਂ ਦਾ ਲਹੂ। ਨਿਯਤ ਕੀਤਾ ਹੋਇਆ ਸਮਾਂ ਪੂਰਾ ਹੋ ਗਿਆ। ਅਗਲਾ ਪ੍ਰੋਗਰਾਮ ਦਮਦਮੀ ਟਕਸਾਲ ਦੇ ਉੱਚ ਕੋਟੀ ਦੇ ਕਥਾਵਾਚਕ ਭਾਈ ਸਾਹਿਬ ਸਿੰਘ ਜੀ ਦੱਸਣਗੇ। ਮੈਂ ਭਾਈ ਸੁਖਦੇਵ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ, ਜਿਹੜੇ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਜੀ ਦੇ ਸੇਵਾਦਾਰ ਨੇ। ਦਮਦਮੀ ਟਕਸਾਲ ਵੱਲੋਂ ਇਹ ਛੋਟੇ ਜਿਹੇ ਸੀ,
ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਆਏ, ਕਹਿੰਦੇ ਬਾਬਾ ਜੀ ਮੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਦਿਓ। ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਾਇਆ, ਦਮਦਮੀ ਟਕਸਾਲ 'ਚ ਭਰਤੀ ਕਰ ਲਿਆ ਅਤੇ ਉਹਨਾਂ ਨੇ ਬੇਨਤੀ ਕੀਤੀ, ਸੁਖਦੇਵ ਸਿੰਘ ਆ ਜੇ ਅੱਜ ਦਮਦਮੀ ਟਕਸਾਲ ਦਾ ਪੱਲਾ ਪਕੜਿਆ ਤਾਂ ਛੱਡੀ ਨਾ, ਸਾਰੀ ਜ਼ਿੰਦਗੀ ਇਹਨਾਂ ਨੇ ਪੰਥ ਨੂੰ ਸਮਰਪਿਤ ਕਰ ਦਿੱਤੀ ਹੈ। ਅੱਜ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਆਗਿਆਕਾਰੀ ਵਿੱਚ ਰਹਿ ਕੇ ਜਿਹੜਾ ਅਨੰਦਪੁਰ ਦਾ ਹੈੱਡਕੁਆਟਰ ਹੈ ਦਮਦਮੀ ਟਕਸਾਲ ਦਾ, ਉੱਥੇ ਸੇਵਾ ਭੁਗਤਾ ਰਹੇ ਨੇ। ਮੈਂ ਭਾਈ ਸੁਖਦੇਵ ਸਿੰਘ ਜੀ ਦਾ, ਬਾਬਾ ਜੀਵਾ ਸਿੰਘ ਜੀ, ਸਾਰੇ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਸਤਿਕਾਰਯੋਗ ਵੀਰਾਂ ਨੇ ਆ ਕੈਮਰਿਆਂ ਰਾਹੀਂ ਲਾਈਵ ਦਿਖਾਉਣ ਵਾਸਤੇ ਮਹਾਨ ਸੇਵਾ ਕੀਤੀ ਹੈ। ਦੁਨੀਆ ਭਰ ਦੇ ਸਿੱਖ ਸੰਤ ਬਾਬਾ ਠਾਕਰ ਸਿੰਘ ਜੀ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਜਿਹੜਾ ਜੋੜ ਮੇਲਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਪਿਰੇ ਹੋ ਰਿਹਾ ਹੈ, ਸਾਰੇ ਗੁਰਮੁਖ ਪਿਆਰੇ ਦੇਖ ਰਹੇ ਨੇ, ਸਭ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਪ੍ਰੋਗਰਾਮ ਨੂੰ ਜੀਓ ਆਇਆਂ ਕਹਿ ਕੇ ਭੁੱਲਾਂ ਚੁੱਕਾਂ ਦੀ ਖਿਮਾ ਮੰਗ ਕੇ ਅਸੀਂ ਆਪ ਕੋਲੋਂ ਆਗਿਆ ਚਾਹੁੰਦੇ ਹਾਂ। ਆਗਿਆ ਬਖਸ਼ੋ ਤੇ ਗੱਜ ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।